events in the month of December, which is the 25th of brunch. Alcohol which adds the flavor as well as to preserve the fruits and nuts. ਸੋ ਦੋਸਤੋ ਇਸ ਵੇਲੇ ਹੈਗੇ ਹਾਂ ਸਮਾਰਟ ਸਿਟੀ ਲੁਧਿਆਣਾ ਦੇ ਹੋਟਲ ਹਯਾਤ ਦੇ ਵਿੱਚ। ਤੁਹਾਨੂੰ ਦੱਸ ਦੇਵਾਂ ਕਿ ਅੱਜ ਕੇਕ ਮਿਕਸਿੰਗ ਜਿਹੜੀ ਹੈ ਬਹੁਤ ਧੂਮਧਾਮ ਨਾਲ ਕੀਤੀ ਜਾ ਰਹੀ ਹੈ। ਉਹ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਹੋਟਲ ਦੇ ਬਹੁਤ ਧੂਮ ਹੁਣ ਹਾਰ ਦੋ ਪਰਸਨ 'ਤੇ ਗੱਲ ਕਰਦੇ। ਪਹਿਲਾਂ ਸੰਦੀਪ ਜੀ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ? ਬਹੁਤ ਬੜੀਆ, ਬਹੁਤ ਬੜੀਆ, ਥੈਂਕ ਯੂ। ਸਤੰਬਰ ਚੱਲ ਰਿਹਾ, ਮੈਨੇ ਲਾਈਵ ਮੈਂ ਵੀ ਇਹੀ ਪੁੱਛਿਆ ਤਾਂ ਕਿ ਅਕਸਰ ਦੇਖਿਆ ਜਾਂਦਾ ਜ਼ਿਆਦਾਤਰ ਹੋਟਲਸ ਜੋ ਹੈ ਇੱਕ ਡੇਢ ਮਹੀਨੇ ਪਹਿਲੇ ਕੇਕ ਮਿਕਸਿੰਗ ਕਰਦੇ ਹੈ, ਲੇਕਿਨ ਆਪਣੇ 3 ਮਹੀਨੇ ਪਹਿਲੇ ਕੇਕ ਮਿਕਸਿੰਗ ਕਰਦੇ ਔਰ ਕਹਾ ਜਾਤਾ ਕਿ ਇਹ ਜਬ ਮਿਕਸਿੰਗ ਹਮ ਕਰਤੇ ਹੈ ਇਸ ਸੇ ਕਮ ਸੇ ਕਮ 1 ਮਹੀਨਾ ਜਾਂ 1 ਮਹੀਨਾ 10 ਦਿਨ ਇਸੇ ਹਮ ਬੰਦ ਕਰਕੇ ਵੀ ਰੱਖਤੇ ਹੈ ਤਿਆਰ ਕਰਨੇ ਕੇ ਲੀਏ। ਤੋ ਕੈਸੇ ਇਸ ਬਾਰ ਜਲਦੀ ਆਪ ਸਰ? ਐਸੇ ਕੋਈ ਜ਼ਰੂਰੀ ਨਹੀਂ ਹੁੰਦਾ ਹੈ ਕਿ ਮਤਲਬ 1 ਮਹੀਨੇ ਪਹਿਲੇ ਕਰਨੀ ਹੈ। ਐਕਚੁਲੀ ਇਟਸ ਲਾਈਕ ਅਗਰ ਹਮਨੇ ਉਸਕੋ 3 ਮਹੀਨਾ ਪਹਿਲੇ ਕੀਆ ਹੈ ਤੋ ਹਮ ਉਸਕੋ ਥੋੜਾ ਸਾ ਔਰ ਅੱਛਾ ਟਾਈਮ ਦੇ ਰਹੇ ਤਾਂ ਕਿ ਫਰੂਟਸ ਔਰ ਜੋ ਨਟਸ ਹੈ ਹਮਾਰੇ ਜੋ ਅਭੀ ਡਰਾਈ ਹੈ ਬਿਲਕੁਲ ਬਹੁਤ ਅੱਛੀ ਤਰ੍ਹਾਂ ਸੇ ਅਲਕੋਹਲ ਕੋ ਜੋ ਹਮਨੇ ਉਸਕੇ ਅੰਦਰ ਡਾਲੀ ਹੋਈ ਹੈ ਗੁੱਡ ਕੁਆਲਿਟੀ ਆਫ ਅਲਕੋਹਲ ਉਸਕੋ ਸੋਕ ਕਰ ਲੇਂਗੇ ਔਰ ਉਹ ਪੂਰੇ ਅੱਛੀ ਤਰ੍ਹਾਂ ਸੇ ਮੋਇਸਟ ਹੋ ਜਾਏਂਗੇ ਔਰ ਅੰਦਰ ਆਪਣਾ ਪੂਰਾ ਫਲੇਵਰ ਅਲਕੋਹਲ ਕਾ ਅਬਜ਼ਰਵ ਕਰ ਲੇਂਗੇ ਜਿਸ ਸੇ ਕਿ ਕੇਕ ਕੀ ਕੁਆਲਿਟੀ ਔਰ ਵੀ ਅੱਛੀ ਹੋਗੀ। ਇਹ ਅਲਕੋਹਲ ਕੌਨ ਸੀ ਕੰਪਨੀਜ਼ ਕੇ ਆਪ ਡਾਲਤੇ ਹੈ ਇਸਮੇ? ਸਰ ਇਹ ਕੌਨ ਸੀ ਕੰਪਨੀਜ਼ ਕੀ ਵੀ ਹੈਵ ਅ ਗੁੱਡ ਅਲਕੋਹਲ ਮਾਈ ਫਰੈਂਡ ਅਸ਼ਵਿਨੀ ਕੈਨ ਟੈਲ ਯੂ ਅਬਾਊਟ ਦੀ ਕੰਪਨੀਜ਼ ਦੈਟ ਵੀ ਆਰ ਯੂਜ਼। ਵਾਪਸ ਆਤੇ ਹੈ ਔਰ ਇਹ ਕੁਆਂਟਿਟੀ ਕੀ ਬਾਤ ਕਰੇਂ, ਕਿਆ ਕਿਆ ਡਾਲਾ ਗਿਆ ਇਸਕੇ ਅੰਦਰ? ਸਰ ਇਸਕੇ ਅੰਦਰ ਕਮ ਸੇ ਕਮ 10 ਸੇ 15 ਕਿਲੋ ਕੀ ਹਮਨੇ ਨਟਸ ਡਾਲੇ ਹੋਏ ਹੈ, 10 ਸੇ 15 ਕਿਲੋ ਹਮਨੇ ਇਸਕੇ ਅੰਦਰ ਡਰਾਈ ਫਰੂਟਸ ਡਾਲੇ ਹੋਏ ਹੈ। ਉਸਕੇ ਬਾਅਦ ਇਸਕੇ ਅੰਦਰ ਕੁਛ ਚੀਜ਼ ਐਸੀ ਹੋਤੀ ਹੈ ਜਿਨਕਾ ਫਲੇਵਰ ਇਸ ਚੀਜ਼ੋ ਕੇ ਅੰਦਰ ਕਾਫੀ ਅੱਛੀ ਇੱਕ ਜਾਨ ਡਾਲਤਾ ਹੈ, ਜੈਸੇ ਔਰੇਂਜ ਪੀਲ ਹੋ ਗਿਆ ਜਾਂ ਲੈਮਨ ਪੀਲ ਹੋ ਗਿਆ, ਇਹ ਸਾਰੀ ਚੀਜ਼ੇ, ਡਰਾਈ ਜਿੰਜਰ ਪਾਊਡਰ ਹੋ ਗਿਆ, ਇਹ ਸਾਰੀ ਚੀਜ਼ੇ ਇਸਕੇ ਅੰਦਰ ਕਾਫੀ ਸਾਰੀ ਜਾਨ ਡਾਲਤੀ ਹੈ ਜੋ ਇਸਕੇ ਫਲੇਵਰ ਕੋ ਆਪਣੇ ਰੈਗੂਲਰ ਫਰੂਟ ਕਿਟ ਸੇ ਕੰਪਲੀਟਲੀ ਅਲਗ ਬਣਾ ਦਿੱਤੀ ਹੈ। ਲੋਕ ਸਕਤੇ ਹੈ ਅਲਕੋਹਲ ਕਾ ਮਤਲਬ ਨਸ਼ਾ ਹੈ, ਤੋ ਕਿਆ ਕੁਛ ਐਸਾ ਇਸਕੋ ਹਰ ਵਰਗ ਕੇ ਲੋਕ ਲੈ ਸਕਤੇ ਹੈ, ਕੇਕ ਕੋ ਇੰਜੋਏ ਕਰ ਸਕਤੇ ਹੈ? ਸਰ ਇਸਕੋ ਹਰ ਵਰਗ ਕੇ ਲੋਕ ਲੈ ਸਕਤੇ ਹੈ। ਅਲਕੋਹਲ ਡੈਫੀਨੇਟਲੀ ਲੋਕ ਸੋਚਤੇ ਹੈ ਕਿ ਨਸ਼ਾ ਹੈ ਔਰ ਇਹ ਹੈ ਨਸ਼ਾ, ਜਬ ਹਮ ਅਲਕੋਹਲ ਨੀਟ ਪੀਤੇ ਹੈ, ਅਲਕੋਹਲ ਹਮ ਬਿਨਾ ਕਿਸੀ ਔਰ ਸਪੋਰਟ ਕੇ ਪੀਤੇ ਹੈ। ਅਫਕੋਰਸ ਥੋੜ੍ਹੀ ਸੀ ਮਾਤਰਾ ਮੇਂ ਇਸਕੇ ਅੰਦਰ ਅਲਕੋਹਲ ਜੋ ਫਰੂਟ ਸੋਕ ਕਰੇਂਗੇ ਵੋ ਹੋਗਾ ਕੇਕ ਕੇ ਅੰਦਰ, ਬਟ ਵੋ ਅਲਕੋਹਲ ਇਤਨਾ ਨਹੀਂ ਹੋਗਾ ਕਿ ਮਤਲਬ ਆਪ ਅਗਰ ਇੱਕ ਕੇਕ ਖਾਓ ਤੋ ਆਪ ਉਸਸੇ ਪੈਂਟ ਹੋ ਜਾਓ ਜਾਂ ਆਪਕੋ ਨਸ਼ਾ ਹੋ ਜਾਏ। ਕਿਆ ਹਾਲ ਹੈ ਸਰ? ਆਲ ਗੁੱਡ ਸਰ, ਆਪ ਬਤਾਈਏ ਕੈਸਾ ਲੱਗ ਰਿਹਾ ਸਰ ਮੌਸਮ? ਬਹੁਤ ਅੱਛਾ ਲੱਗ ਰਿਹਾ ਹੈ ਲੁਧਿਆਣਾ ਮੇਂ, ਇਨਫੈਕਟ 4 ਹੀ ਮਹੀਨੇ ਬਿਤਾਏ ਹੈ ਬਟ ਇੰਜੋਇੰਗ ਕੁਆਇਟ ਅ ਲੋਟ। ਸਰ ਦੇਖਣਾ ਚਾਹੀ ਕੇ ਰੇਡੀ ਰੂਡੀ ਸਭ ਲੱਗੇ ਲਗਾਉਣੀ ਪੜੇਗੀ, ਸੋ ਐਟਲੀਸਟ ਜੋ ਵੀ ਹੈ ਵੋ ਐਟਲੀਸਟ ਇੰਜੋਏ ਕਰਕੇ ਜਾਏ। ਬਿਲਕੁਲ ਸਰ, ਕਿਆ ਕਹੇਂਗੇ, ਕੇਕ ਮਿਕਸਿੰਗ ਬਹੁਤ ਧੂਮਧਾਮ ਸੇ ਹੋ ਰਹਾ ਹੈ। ਕੇਕ ਮਿਕਸਿੰਗ ਯੈਸ, ਟਾਰਗੇਟ ਯਹੀ ਹੈ ਕਿ ਕ੍ਰਿਸਮਸ ਕੇ ਟਾਈਮ ਪੇ ਸਿੰਸ ਸ਼ੈਫ ਨੇ 3 ਮਹੀਨੇ ਪਹਿਲੇ ਕੇਕ ਮਿਕਸਿੰਗ ਕਰਵਾਈ ਦੀ ਹੈ, ਤੋ ਓਬਵੀਅਸਲੀ ਕ੍ਰਿਸਮਸ ਕੇ ਪਾਸ ਹਮ ਆਪਣਾ ਜਿੰਜਰ ਹਾਊਸ ਸੈੱਟ ਕਰੇਂਗੇ, ਡਿਫਰੈਂਟ ਗੁਡੀਜ਼ ਹੋਗੀ ਕ੍ਰਿਸਮਸ ਕੇ ਲਈ, ਲੁਧਿਆਣਾ ਮਾਰਕੀਟ ਕੇ ਲਈ ਇੱਕ ਨਯਾ ਆਲ ਟੁਗੈਦਰ ਇੱਕ ਨਯਾ ਯੂ ਨੋ ਕ੍ਰਿਸਮਸ ਸੈਲੀਬ੍ਰੇਸ਼ਨ ਹੋਗਾ। ਸੋ ਉਸੀ ਵਜ੍ਹਾ ਸੇ ਸ਼ੈਫ ਵੀ ਆਪਣਾ ਕੇਕ ਕਾ ਪ੍ਰਿਪੇਅਰ ਕਰ ਰਹੇ ਹੈ, ਹੋਪਫੁਲੀ ਨੀਅਰ ਬਾਏ ਕ੍ਰਿਸਮਸ ਮੇ ਬੀ ਆ 20 ਡੇਜ਼ ਪਰ ਆਰ ਵਿਲ ਡੂ ਅ ਜਿੰਜਰ ਹਾਊਸ, ਸੋ ਜੋ ਵੀ ਆਏਗਾ ਵੋ ਐਟਲੀਸਟ ਵੋ ਗੁਡੀਜ਼ ਲੈ ਆ ਕੇ ਇੰਜੋਏ ਕਰ ਸਕੇ ਘਰ ਪੇ, ਬੱਚੋਂ ਕੇ ਸਾਥ, ਫੈਮਲੀਜ਼ ਕੇ ਸਾਥ, ਫਰੈਂਡ ਸਰਕਲ ਮੇ ਡਿਸਟ੍ਰੀਬਿਊਟ ਕਰ ਪਾਏ। ਸੋ ਇਸਕੇ ਵੀ ਆਪ ਫਲੇਵਰ ਬਣਾਤੇ ਹੋ ਕਿ ਇੱਕ ਹੀ ਫਲੇਵਰ ਹੈ? ਫਲੇਵਰ ਤੋ ਇਹ ਹੈ ਕਿ ਉਸਮੇ ਨਟਸ ਡਲਤੇ ਹੈ, ਜੈਸੇ ਕਿ ਸ਼ੈਫ ਨੇ ਬੋਲਾ ਕਿ ਉਸਮੇ ਹਮਨੇ ਕੁਛ ਅਲਕੋਹਲ ਵੀ ਮਿਕਸ ਕੀਆ ਹੈ, ਜੈਸੇ ਕਿ ਉਸਮੇ ਜਿਨ ਹੋਤੀ ਹੈ, ਰਮ ਹੋਤੀ ਹੈ, ਵਿਸਕੀ ਹੋਤੀ ਹੈ, ਟਕੀਲਾ ਹੋਤੀ ਹੈ, ਜਿਸਸੇ ਕਿ ਵੋ ਜਿਤਨੇ ਵੀ ਨਟਸ ਹੋਤੇ ਹੈ ਵੋ ਉਸਮੇ ਆਪਣਾ ਇੱਕ ਫਲੇਵਰ ਲੈ ਲੇਤੇ ਹੈ। ਕਬ ਸੇ ਮਿਲਣਾ ਸ਼ੁਰੂ ਹੋ ਜਾਏਗਾ ਜੀ? ਹਾਂ ਸਰ, ਫਲੇਵਰ ਕੇ ਬਾਰੇ ਮੇਂ ਜੈਸੇ ਆਪ ਬਾਤ ਕਰੇ ਤੋ ਹਮਾਰਾ ਤੋ ਇਹ ਮਿਕਸਚਰ ਹੋਤਾ ਹੈ, ਬਟ ਜੋ ਹਰ ਇੱਕ ਕੇਕ ਬਨਤਾ ਹੈ ਉਨਕੀ ਬਨਾਨੇ ਕੀ ਟੈਕਨਿਕਸ ਅਲਗ ਹੋਤੀ ਹੈ, ਉਨ ਟੈਕਨਿਕਸ ਕੀ ਵਜ੍ਹਾ ਸੇ ਉਨਕਾ ਟੈਕਸਚਰ ਔਰ ਉਨਕਾ ਟੇਸਟ ਜੋ ਹੈ ਵੋ ਇੱਕ ਦੂਸਰੇ ਸੇ ਅਲਗ ਹੋ ਜਾਤਾ ਹੈ, ਬਾਕੀ ਤੋ ਮੇਨ ਮਿਕਸਚਰ ਯਹੀ ਹੋਤਾ ਹੈ। ਕਬ ਸੇ ਮਿਲਣਾ ਸ਼ੁਰੂ ਹੋ ਜਾਏਗਾ ਲੁਧਿਆਣਾ ਵਾਸਤੇ? ਸਰ ਹਮਨੇ ਪਲਾਨ ਕੀਆ ਹੋਇਆ ਹੈ 10 ਦਸੰਬਰ ਸੇ ਕਿ ਹਮ 10 ਦਸੰਬਰ ਸੇ ਲੁਧਿਆਣਾ ਕੇ ਲਈ ਇਸਕੋ ਓਪਨ ਕਰ ਦੇ, ਔਰ ਥੋੜਾ ਸਾ ਆਪ ਜੋ ਇੱਕ ਸਵਾਲ ਹੈ ਜੋ ਹਮੇਸ਼ਾ ਆਪਕੇ ਦਿਮਾਗ ਮੇਂ ਆ ਰਹਾ ਹੈ ਕਿ ਹਮਨੇ ਇਤਨਾ ਜਲਦੀ ਕਿਉਂ ਕੀਆ ਹੈ, ਕਿਉਂਕਿ ਪਿਛਲੀ ਬਾਰ ਵੀ ਹਮਨੇ ਕੀਆ ਤਾ ਅਕਟੂਬਰ ਐਂਡ ਮੇਂ, ਸੋ ਉਸਕੇ ਬਾਅਦ ਹਮੇਂ ਇਨਫ ਟਾਈਮ ਨਹੀਂ ਮਿਲ ਪਾਇਆ ਤਾਂ ਕਿ ਹਮ ਲੋਗੋ ਤੱਕ ਪੂਰੀ ਤਰ੍ਹਾਂ ਸੇ ਪਹੁੰਚ ਪਾਏ, ਇਸ ਲਈ ਹਮਨੇ ਇਸਕੋ ਥੋੜਾ ਸਾ ਔਰ ਜਲਦੀ ਕਰ ਦਿਆ ਹੈ ਤਾਂ ਕਿ ਹਮ ਲੋਗੋ ਤੱਕ ਪਹੁੰਚ ਪਾਏ ਔਰ ਜੋ ਹਮ ਕਰ ਰਹੇ ਹੈ, ਜੋ ਹਮਨੇ ਐਫਰਟ ਡਲਾ ਹੁਆ ਹੈ ਉਹ ਪੂਰੀ ਸਿਟੀ ਤੱਕ ਪਹੁੰਚ ਪਾਏ ਔਰ ਲੋਕ ਇਸਕੋ ਇੰਜੋਏ ਕਰ ਪਾਏ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸੋ ਦੋਸਤੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ, ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਦੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਬੜੇਗਾ ਇੰਡੀਆ। ਸੋ ਕੈਮਰਾ ਪਰਸਨ ਵੀ ਮਨਜੀਤ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ।